ਹੁਣ ਤੱਕ ਦੀ ਸਭ ਤੋਂ ਵੱਡੀ ਖਬਰ। ਬੀਤੇ ਦਿਨੀ ਖਰੜ ਦੇ ਮਨੀਸ਼ ਕੁਮਾਰ ਦਾ ਪਿੰਡ ਚੰਦੋ ਵਿੱਚ ਕਤਲ ਕੀਤਾ ਗਿਆ ਸੀ ਅਤੇ ਇਸ ਦੀ ਜ਼ਿੰਮੇਵਾਰੀ ਬੰਬੀਆ ਗਰੁੱਪ ਨੇ ਲਈ ਸੀ। ਅੱਜ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਪੁਲਿਸ ਨੇ ਵੱਡਾ ਇਨਕਾਊਂਟਰ ਕੀਤਾ ਅਤੇ 48 ਘੰਟਿਆਂ ਵਿੱਚ ਗੈਂਗਸਟਰਾਂ ਤੱਕ ਪਹੁੰਚ ਕੀਤੀ ਅਤੇ ਇਹਨਾਂ ਵਿੱਚੋਂ ਦੋ ਗੈਂਗਸਟਰਾਂ ਨੂੰ ਲੱਤਾਂ ਵਿੱਚ ਗੋਲੀਆਂ ਲੱਗੀਆਂ ਅਤੇ ਉਹ ਜ਼ਖਮੀ ਹੋ ਗਏ। ਪੁਲਿਸ ਨੇ ਇਹਨਾਂ ਨੂੰ ਫੇਸ 6 ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਹੈ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਕਾਰਵਾਈ ਮੁੱਲਾਪੁਰ ਵਿੱਚ ਅੱਜ ਸਵੇਰੇ 11 ਵਜੇ ਕੀਤੀ। ਹਾਲਾਂਕਿ ਗੈਂਗਸਟਰਾਂ ਨੇ ਪੁਲਿਸ 'ਤੇ 20 ਗੋਲੀਆਂ ਚਲਾਈਆਂ ਪਰ ਜਵਾਬੀ ਕਾਰਵਾਈ ਵਿੱਚ ਇਹ ਜ਼ਖਮੀ ਹੋ ਗਏ। ਪੁਲਿਸ ਇਹਨਾਂ ਦੀ ਕਾਫੀ ਸਮੇਂ ਤੋਂ ਭਾਲ ਕਰ ਰਹੀ ਸੀ। ਅੱਜ ਗੁਪਤ ਸੂਚਨਾ ਦੇ ਆਧਾਰ 'ਤੇ ਇਹਨਾਂ 'ਤੇ ਕਾਰਵਾਈ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਸਰਚ ਅਭਿਆਨ ਜਾਰੀ ਹੈ ਕਿਉਂਕਿ ਜਗ੍ਹਾ ਖਾਲੀ ਹੈ। ਪੁਲਿਸ ਮੁਤਾਬਕ ਇਹ ਗੈਂਗਸਟਰ ਮੋਹਾਲੀ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਨੇ 2 ਦਿਨ ਪਹਿਲਾਂ ਹੀ ਚੰਦੋ ਵਿੱਚ ਇੱਕ ਸ਼ਖਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਉਸੇ ਦਿਨ ਤੋਂ ਮੋਹਾਲੀ ਦੀ ਪੁਲਿਸ ਇਹਨਾਂ ਦੀ ਪੈੜ ਨੱਪ ਰਹੀ ਸੀ ਅਤੇ ਅੱਜ ਗੁਪਤ ਸੂਚਨਾ ਦੇ ਆਧਾਰ 'ਤੇ ਇਹਨਾਂ ਨੂੰ ਮੁੱਲਾਪੁਰ ਖੇਤਰ ਵਿੱਚ ਘੇਰ ਲਿਆ। ਹਾਲਾਂਕਿ ਗੈਂਗਸਟਰਾਂ ਨੇ ਵੀ ਪੁਲਿਸ 'ਤੇ ਗੋਲੀਆਂ ਚਲਾਈਆਂ ਪਰ ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਇਹਨਾਂ ਦੋਨਾਂ ਗੈਂਗਸਟਰਾਂ ਦੇ ਲੱਤਾਂ ਵਿੱਚ ਗੋਲੀਆਂ ਲੱਗੀਆਂ ਜਿਸ ਕਾਰਨ ਇਹ ਜ਼ਖਮੀ ਹੋ ਗਏ। ਹੁਣ ਤੱਕ ਦੀ ਸਭ ਤੋਂ ਵੱਡੀ ਖਬਰ, ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਦੋ ਗੈਂਗਸਟਰਾਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਕਾਬੂ ਕਰ ਲਿਆ ਗਿਆ। ਹਾਲਾਂਕਿ ਇਹਨਾਂ ਗੈਂਗਸਟਰਾਂ ਨੇ ਅਗਲੀ ਮੁੱਢਲੀ ਪੁੱਛਗਿੱਛ ਇਹਨਾਂ ਤੋਂ ਜਾਰੀ ਹੈ ਕਿ ਇਸ ਪਿੱਛੇ ਕਿਸ ਦਾ ਹੱਥ ਹੈ, ਇਹਨਾਂ ਦੋਨਾਂ ਦਾ ਕ੍ਰਿਮੀਨਲ ਰਿਕਾਰਡ ਪਹਿਲਾਂ ਹੈ ਜਾਂ ਫਿਰ ਨਹੀਂ। ਪੁਲਿਸ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਖਬਰ ਮੋਹਾਲੀ ਤੋਂ ਮੁੱਲਾਪੁਰ ਦੀ ਹੈ ਜਿੱਥੇ ਦੋ ਗੈਂਗਸਟਰ ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਹਨ ਅਤੇ ਇਹਨਾਂ ਦੋਨਾਂ ਗੈਂਗਸਟਰਾਂ ਨੇ ਚੰਦੋ ਪਿੰਡ ਵਿੱਚ ਇੱਕ ਮਨੀਸ਼ ਕੁਮਾਰ ਦੇ ਬਾਊਂਸਰ ਦਾ ਕਤਲ ਕੀਤਾ ਸੀ ਗੋਲੀਆਂ ਮਾਰ ਕੇ। ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ ਜਿਹੜੀ ਮੋਹਾਲੀ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਪੁਲਿਸ ਨੇ ਇਹਨਾਂ ਦੋਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਹਾਲਾਂਕਿ ਇਹਨਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਨੇ, ਇਹ ਜ਼ਖਮੀ ਹੋ ਚੁੱਕੇ ਨੇ ਅਤੇ 6 ਫੇਸ 'ਤੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਨੇ। ਹੁਣ ਤੱਕ ਦੀ ਵੱਡੀ ਖਬਰ, ਮੋਹਾਲੀ ਪੁਲਿਸ ਵੱਲੋਂ ਬੰਬੀਹਾ ਗਰੁੱਪ ਦੇ ਦੋ ਗੈਂਗਸਟਰ ਕਾਬੂ। ਹਾਲਾਂਕਿ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਇਹ ਬੰਬੀਹਾ ਗਰੁੱਪ ਦੇ ਹੈ ਵੀ ਜਾਂ ਫਿਰ ਨਹੀਂ, ਜਾਂ ਫਿਰ ਸੋਸ਼ਲ ਮੀਡੀਆ 'ਤੇ ਦਬਸ਼ ਪਾਉਣ ਲਈ ਇਹਨਾਂ ਨੇ ਇਹ ਸਭ ਕਾਰਵਾਈ ਕੀਤੀ। ਪਿੰਡ ਚੰਦੋ ਦੇ ਵਿੱਚ ਕਤਲ ਦੀ ਵਾਰਦਾਤ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਰਸੋਂ ਸਦਰ ਖਰੜ ਦੇ ਇਲਾਕੇ ਦੇ ਵਿੱਚ ਇੱਕ ਮਨੀ ਰਾਣਾ ਨਾਮ ਦੇ ਬੰਦੇ ਦਾ ਮਰਡਰ ਹੋਇਆ ਸੀ, ਮਨੀਸ਼ ਕੁਮਾਰ ਏਲੀਅਸ ਮਨੀ ਰਾਣਾ। ਇਸ ਮਰਡਰ ਦੀ ਜਦੋਂ ਅਸੀਂ ਇਮੀਡੀਏਟਲੀ ਐਫ ਆਈ ਆਰ ਦਰਜ ਕੀਤੀ ਅਤੇ ਇਨਵੈਸਟੀਗੇਸ਼ਨ ਵਾਸਤੇ ਅਸੀਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ। ਇਹ ਸਾਰੀਆਂ ਟੀਮਾਂ ਇਨਵੈਸਟੀਗੇਸ਼ਨ 'ਚ ਲੱਗੀਆਂ ਹੋਈਆਂ ਸੀ। ਸਾਡੇ ਸਪੈਸ਼ਲ ਸੈੱਲ ਦੀ ਜਿਹੜੀ ਟੀਮ ਸੀਗੀ, ਇਹਨਾਂ ਨੇ ਆਪਣੇ ਹਿਊਮਨ ਇੰਟ ਅਤੇ ਟੈਕਨੀਕਲ ਇੰਟ ਦੇ ਬੇਸਿਸ 'ਤੇ ਦੋ ਬੰਦੇ ਜਿਹੜੇ ਸੀ ਸ਼ੱਕ ਦੇ ਆਧਾਰ 'ਤੇ ਆਈਡੈਂਟੀਫਾਈ ਕੀਤੇ, ਜਿਹੜੇ ਕਿ ਲੱਕੀ ਪਟਿਆਲ ਗੈਂਗ ਨਾਲ ਜੁੜੇ ਹੋਏ ਸੀਗੇ। ਅਤੇ ਇਹ ਜਿਹੜੇ ਦੋ ਬੰਦੇ ਸੀਗੇ, ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਅੱਜ ਸਵੇਰੇ ਕਿ ਇਹ ਦੋ ਬੰਦੇ ਇਸ ਮੁੱਲਾਪੁਰ ਦੇ ਏਰੀਆ ਦੇ ਵਿੱਚ ਘੁੰਮ ਫਿਰ ਰਹੇ ਨੇ, ਇਹਦੇ ਨਜ਼ਰ ਆਏ ਨੇ, ਤਾਂ ਸਾਡੀਆਂ ਟੀਮਾਂ ਇਹਨਾਂ ਨੂੰ ਸਰਚ 'ਤੇ ਲੱਗ ਗਈਆਂ। ਤਾਂ ਜਦੋਂ ਇਸ ਏਰੀਆ ਦੇ ਵਿੱਚ ਚੈੱਕ ਕਰਾਇਆ ਤਾਂ ਇੱਕ ਮੋਟਰਸਾਈਕਲ ਅਬੈਂਡਨਡ ਖੜਾ ਸੀਗਾ ਅਤੇ ਉਸਦੇ ਨਾਲ ਹੀ ਇੱਥੇ ਨੇੜੇ ਸਾਈਡ 'ਤੇ ਝਾੜੀਆਂ ਦੇ ਵਿੱਚ ਦੋ ਬੰਦੇ ਜਿਹੜੇ ਸੀਗੇ ਬੈਠੇ ਸੀਗੇ, ਜਿਹੜਾ ਕਿ ਹੋ ਸਕਦਾ ਕਿ ਕਿਉਂਕਿ ਇਹ ਨਸ਼ੇ ਦੇ ਵੀ ਆਦੀ ਸੀਗੇ ਤਾਂ ਹੋ ਸਕਦਾ ਨਸ਼ਾ ਕਰ ਰਹੇ ਹੋਣ ਜਾਂ ਕੁਛ ਵੀ ਕਰ ਰਹੇ ਹੋਣ। ਤਾਂ ਜਿਵੇਂ ਸਾਡੀ ਗੱਡੀ ਆਈ ਤਾਂ ਇਹਨਾਂ ਨੂੰ ਸ਼ੱਕ ਪਿਆ ਇਮੀਡੀਏਟਲੀ ਕਿ ਪੁਲਿਸ ਦੀ ਗੱਡੀ ਹੈਗੀ ਹੈ। ਤਾਂ ਇਹਨਾਂ ਨੇ ਮੋਟਰਸਾਈਕਲ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਭੱਜਦੇ ਹੋਏ ਉਹਨਾਂ 'ਚੋਂ ਇੱਕ ਬੰਦੇ ਨੇ ਫਾਇਰਿੰਗ ਕੀਤੀ
ਦੂਸਰੇ ਬੰਦੇ ਨੇ ਮੋਟਰਸਾਈਕਲ ਤੇ ਬੈਠ ਕੇ ਫਾਇਰਿੰਗ ਕੀਤੀ। ਸਾਡੀ ਪੁਲਿਸ ਪਾਰਟੀ ਇਮੀਡੀਏਟਲੀ ਇਹਨਾਂ ਨੂੰ ਦਬੋਚਿਆ ਤੇ ਜਵਾਬੀ ਫਾਇਰਿੰਗ ਵੀ ਕੀਤੀ। ਜਵਾਬੀ ਫਾਇਰਿੰਗ ਦੇ ਦੌਰਾਨ ਦੋਨਾਂ ਦੇ ਬੁਲਟ ਇੰਜਰੀਜ਼ ਨੇ, ਇੱਕ ਜਣੇ ਦੇ ਲੱਤਾਂ ਦੇ ਵਿੱਚ ਇੰਜਰੀਜ਼ ਹੈਗੀਆਂ ਤੇ ਇੱਕ ਜਣੇ ਦੇ ਲੱਤਾਂ ਦੇ ਵਿੱਚ ਅਤੇ ਐਬਡੋਮਨ ਦੇ ਵਿੱਚ ਇੰਜਰੀ ਹੈਗੀ ਹੈ। ਦੋਨਾਂ ਨੂੰ ਇਮੀਡੀਏਟਲੀ ਹੋਸਪਿਟਲ ਪਹੁੰਚਾਇਆ ਗਿਆ ਹੈ, ਸਿਵਲ ਹੋਸਪਿਟਲ ਸਰ 6 ਫੇਜ਼ 6 ਫੇਜ਼ ਜਿਹੜਾ ਸਿਵਲ ਹੋਸਪਿਟਲ ਪਹੁੰਚਾਇਆ ਗਿਆ ਹੈ ਤੇ ਦੋਨੋਂ ਫਿਲਹਾਲ ਜਿਹੜੇ ਹੈਗੇ ਜੋ ਸਾਡੀ ਉੱਥੇ ਗੱਲ ਹੋਈ ਆਊਟ ਆਫ ਡੇਂਜਰ ਦੱਸੇ ਜਾ ਰਹੇ ਨੇ। ਤੇ ਇਹ ਦੋਨੋਂ ਜਦੋਂ ਪ੍ਰੀਲਿਮਿਨਰੀ ਅਸੀਂ ਪੁੱਛਗਿੱਛ ਕੀਤੀ ਇਹਨਾਂ ਤੋਂ ਤਾਂ ਇਹ ਪਤਾ ਲੱਗਿਆ ਕਿ ਇਹ ਦੋਨੋਂ ਹੀ ਮੇਨ ਸ਼ੂਟਰਸ ਜਿਹੜੇ ਇਨਵੋਲਵ ਸੀਗੇ ਪਰਸੋਂ ਦੇ ਇੰਸੀਡੈਂਟ ਦੇ ਵਿੱਚ, ਤੇ ਦੋਨੋਂ ਮੇਨ ਸ਼ੂਟਰਸ ਨੇ। ਇਹਨਾਂ ਦੀ ਜਿਹੜੀ ਪਹਿਚਾਣ ਹੈ ਵਿਕਰਮ ਰਾਣਾ ਏਲੀਅਸ ਹੈਪੀ ਦੇ ਤੌਰ ਤੇ ਹੋਈ ਹੈ ਪਹਿਲੇ ਬੰਦੇ ਦੀ, ਇਹ ਤਿਉੜ ਪਿੰਡ ਦਾ ਰਹਿਣ ਵਾਲਾ। ਤੇ ਜਿਹੜਾ ਦੂਸਰਾ ਬੰਦਾ ਹੈ ਕਿਰਨ ਸਿੰਘ ਏਲੀਅਸ ਧਨੁਆ, ਇਹ ਖਰੜ ਦਾ ਰਹਿਣ ਵਾਲਾ। ਇਹ 'ਚ ਜਿਹੜਾ ਹੈਪੀ ਹੈਗਾ ਇਹ ਸੇਮ ਪਿੰਡ ਦਾ ਬੰਦਾ ਹੈ ਜਿਹੜਾ ਮ੍ਰਿਤਕ ਜਿਸ ਪਿੰਡ ਦਾ ਹੈਗਾ ਉਸੇ ਪਿੰਡ ਦਾ ਬੰਦਾ ਹੈਗਾ ਹੈਪੀ ਇਹ। ਤੇ ਇਹਨਾਂ ਦੀ ਆਪਸ 'ਚ ਰੰਜਿਸ਼ ਵੀ ਸੀਗੀ ਤੇ ਇਹ ਰੰਜਿਸ਼ ਦੇ ਨਾਤੇ ਜਿਹੜਾ ਹੈਗੇ ਹੈਪੀ ਜਿਹੜਾ ਸੀਗਾ ਇਹ ਦੂਸਰੇ ਜਿਹੜੇ ਗੈਂਗ ਦੇ ਮੈਂਬਰ ਦੇ ਨਾਲ ਜਾ ਕੇ ਜੁੜ ਗਿਆ। ਤੇ ਇਹਨੇ ਹੀ ਸਾਰੀ ਜਿਹੜੀ ਇਨਫੋਰਮੇਸ਼ਨ ਤੇ ਜਿਹੜੀ ਰੈਕੀ ਸੀਗੀ ਇਹਦੀ ਕਰਾਈ ਸੀਗੀ। ਤੇ ਜਿਹੜਾ ਪਰਸੋਂ ਵਾਰਦਾਤ ਨੂੰ ਵੀ ਇਹਨਾਂ ਦੋਨਾਂ ਨੇ ਹੀ ਅੰਜਾਮ ਦਿੱਤਾ। ਇਸ ਵਾਰਦਾਤ ਦੇ ਵਿੱਚ ਜਿਹੜਾ ਮੋਟਰਸਾਈਕਲ ਬਰਾਮਦ ਹੋਇਆ ਸੀਗਾ ਉਹ ਮੋਟਰਸਾਈਕਲ ਵੀ ਇਹ ਹੈਪੀ ਦੇ ਪਰਿਵਾਰ ਦੇ ਵਿੱਚੋਂ ਹੀ ਕਿਸੇ ਦਾ ਮੋਟਰਸਾਈਕਲ ਹੈ, ਸ਼ਾਇਦ ਉਹਦੇ ਕਜ਼ਨ ਦਾ ਮੋਟਰਸਾਈਕਲ ਹੈਗਾ ਇਹ। ਤੇ ਉਹ ਮੋਟਰਸਾਈਕਲ ਵੀ ਜਿਹੜਾ ਸਾਨੂੰ ਉੱਥੇ ਮੌਕੇ ਤੇ ਹੀ ਬਰਾਮਦ ਹੋ ਗਿਆ। ਤੇ ਇਸ ਦੇ ਨਾਲ ਨਾਲ ਜਿਹੜੇ ਦੋ ਵੈਪਨ ਵੀ ਸਾਨੂੰ ਬਰਾਮਦ ਹੋਏ ਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਉਹੀ ਵੈਪਨ ਹੋਣੇ ਜਿਹੜੇ ਵਾਰਦਾਤ ਦੇ ਵਿੱਚ ਇਸਤੇਮਾਲ ਹੋਏ ਨੇ। ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਸਰ ਇਹ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਕਿਉਂਕਿ ਗੈਂਗਸਟਰ ਨੇ ਵੀ ਜ਼ਿੰਮੇਵਾਰੀ ਲਿੱਤੀ ਸੀ? ਤੇ ਦੂਸਰਾ ਇਹ ਹਾਇਰ ਕੀਤੇ ਜਾਂ ਪਹਿਲਾਂ ਹੀ ਗੈਂਗ ਦੇ ਨਾਲ ਜੁੜੇ ਹੋਏ ਨੇ? ਨਹੀਂ, ਇਹ ਜਿਹੜੇ ਹੈਗੇ ਜੁੜੇ ਗੈਂਗ ਦੇ ਨਾਲ ਜੁੜੇ ਹੋਏ ਬੰਦੇ ਸੀਗੇ ਤੇ ਇਹ ਲੱਕੀ ਪਟਿਆਲ ਗੈਂਗ ਦੇ ਨਾਲ ਜਿਹੜਾ ਹੈ ਸੰਬੰਧ ਰੱਖਦੇ। ਸਰ ਕਿੰਨੇ ਰਾਊਂਡ ਚੱਲੇ ਟੋਟਲ? ਕਰੀਬ ਟੋਟਲ ਮਿਲਾ ਕੇ ਉਹਨਾਂ ਵੱਲੋਂ 3-4 ਰਾਊਂਡ ਉਹਨਾਂ ਵੱਲੋਂ ਚੱਲੇ ਆ ਤੇ 6-7 ਰਾਊਂਡ ਪੁਲਿਸ ਵੱਲੋਂ ਚੱਲੇ। ਸਰ ਇਹਨਾਂ ਤੇ ਕੋਈ ਪਹਿਲਾਂ ਵੀ ਅਪਰਾਧਿਕ ਮਾਮਲਾ ਦਰਜ ਸੀ? ਇਹਨਾਂ ਚੋਂ ਜਿਹੜਾ ਇੱਕ ਕਿਰਨ ਹੈਗਾ ਉਹਦੇ ਉੱਤੇ ਸਿਟੀ ਖਰੜ ਦਾ 2022 ਦੇ ਵਿੱਚ FIR ਦਰਜ ਹੈ, 392 ਆਮ ਜੱਟ ਦੀ। ਜਿਹੜਾ ਦੂਸਰਾ ਫਿਲਹਾਲ ਉਹਦੇ ਹੈਪੀ ਦੇ ਖਿਲਾਫ ਸਾਨੂੰ ਹਜੇ ਕੋਈ ਕ੍ਰਿਮੀਨਲ ਰਿਕਾਰਡ ਜਿਹੜਾ ਹੈ ਸਾਹਮਣੇ ਨਹੀਂ। ਸੋ ਇਹ ਨੇ ਜਿਹੜੇ SSP ਮੋਹਾਲੀ ਜਿਹੜੇ